ਜਿਹੜੀ ਦਵਾਈ ਦਿੰਦੇ ਹਾਂ ਅਸੀਂ ਨਸ਼ੇ ਦੀ ਬਿਲਕੁਲ ਫਰੀ ਦਿੰਦੇ ਹਾਂ ਪੁੱਤ, ਅਸੀਂ ਕੋਈ ਪੈਸਾ ਨਹੀਂ ਲੈਂਦੇ। ਅਤੇ ਉਹ ਜਿੱਡਾ ਮਰਜ਼ੀ ਨਸ਼ਾ ਕਰਦਾ, ਜਿੰਨੀ ਮਰਜ਼ੀ ਡੋਜ ਕਰਦਾ, ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਨਸ਼ਾ ਛੱਡਿਆ ਕਿਵੇਂ ਹੈ। ਸਾਡੇ ਨਾਲ ਬਾਈ ਜੀ ਆਏ ਨੇ, ਕੀ ਨਾਮ ਹੈ ਬੇਟਾ ਤੇਰਾ? ਗੁਰਜਿੰਦਰ ਸਿੰਘ, ਚੱਟਾ ਗੱਲ ਹੁੰਦੀ ਸੀ, ਦਵਾਈ ਲਿੱਤੀ, ਬਾਬੇ ਨੇ ਕਿਰਪਾ ਹੋ ਗਈ ਆਪਣੀ। ਬੇਟੇ ਦੀ ਟੈਂਸ਼ਨ ਦੇ ਵਿੱਚ ਫਾਦਰ ਸਾਹਿਬ ਨੂੰ ਅਟੈਕ ਹੋ ਗਿਆ, ਜਿਹੜੇ ਪਰਿਵਾਰ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਸਾਡਾ ਗੱਭਰੂ ਪੁੱਤ ਇੱਕ ਨਸ਼ੇ ਦੇ ਵਿੱਚ ਹੋ ਗਿਆ, ਉਹਨੂੰ ਅਟੈਕ ਹੀ ਹੋਊ ਔਰ ਹੋਊਗੀ। ਮੋਬਾਈਲ ਦੇਖਣ ਲੱਗ ਰਿਹਾ, ਉਹੀ ਆਟੋਮੈਟਿਕ ਕਿਤੇ ਵੀਡੀਓ ਆ ਗਈ ਅੱਗੇ ਬਾਬੇ ਦੀ, ਯੂਟਿਊਬ ਤੋਂ ਜੀ, ਬਾਬਾ ਜੀ ਨੇ ਦਵਾਈ ਦਿੱਤੀ ਜੀ, ਬਾਕੀ ਬਾਬੇ ਦੀ ਕਿਰਪਾ ਹੋ ਗਈ, ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਜੀ। ਬਜ਼ੁਰਗੋ, ਜਿਹੜੀ ਬਾਬਾ ਜੀ ਨੇ ਦਵਾਈ ਨਸ਼ੇ ਦੀ ਦੇ ਰਹੇ ਨੇ, ਤੁਸੀਂ ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਵੀ ਨਸ਼ਾ ਕਰਦੇ ਸੀ ਜਾਂ? ਹਾਂਜੀ, ਮੇਰਾ ਭਤੀਜਾ ਕਰਦਾ ਸੀ, ਮੇਰਾ ਰਿਸ਼ਤੇਦਾਰ ਦਾ ਮੁੰਡਾ ਜੀ, ਅਤੇ ਬਿਲਕੁਲ ਠੀਕ ਠਾਕ ਹੋ ਗਏ ਜੀ। ਹੁਣ ਉਹਨੂੰ ਇੱਕ ਮਹੀਨਾ ਹੋਣ ਵਾਲਾ ਜੀ ਪੂਰਾ ਲਗਭਗ, ਬਿਲਕੁਲ ਹੀ ਸਾਰਾ ਛੱਡ ਗਿਆ ਸਾਰਾ ਕੁਛ, ਕੋਈ ਨਸ਼ਾ ਨਹੀਂ ਕਰਦਾ ਜੀ। ਵੈਸੇ ਤੁਹਾਡੇ ਮਨ ਚ ਕਿਵੇਂ ਆਇਆ ਸੀਗਾ? ਕੋਈ ਸੰਦੇਸ਼ ਦੇਵਾਂਗੇ, ਸਭ ਦੇ ਬੱਚੇ ਇੱਕ ਹੁੰਦੇ ਨੇ, ਅਸੀਂ ਨੀ ਚਾਹੁੰਦੇ ਵੀ ਚਾਚਾ ਤਾਇਆ ਜਿਹੜਾ ਹੈਗਾ ਆਪਣਾ ਇੱਕ ਪਿੰਡ ਦਾ ਪਰਿਵਾਰ ਹੁੰਦਾ, ਕਿਸੇ ਦਾ ਵੀ ਬੱਚਾ ਨਸ਼ਾ ਲੱਗਦਾ ਉਹਦੇ ਪਰਿਵਾਰ ਚ ਜ਼ਰੂਰ ਦੱਸੋ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਜੀ, ਸਾਡੇ ਬਾਹਰ ਕਾਰੋਬਾਰ ਬਹੁਤ ਜ਼ਿਆਦਾ ਨੇ, ਸਾਡੇ ਨਾਲ ਜਾਇਜਾਦ ਬਹੁਤ ਵੱਡੀ ਹੈ ਜੀ, ਖੁੱਲ੍ਹੀ ਡੁੱਲੀ ਹੈ, ਸਾਨੂੰ ਤਾਂ ਬਸ ਸ਼ੌਂਕ ਹੈ, ਗੁਰੂ ਮਹਾਰਾਜ ਦੇ ਲੜ ਲੱਗੇ ਵੇ ਹਾਂ, ਸਾਨੂੰ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ, ਅਸੀਂ ਜਿਹੜੀ ਸੇਵਾ ਜੀ ਸੇਵਾ ਹੀ ਫਰੀ ਕਰਦੇ ਹਾਂ। ਨਸ਼ਾ ਦਿੰਦੇ ਫਰੀ ਦਿੰਦੇ ਹੋ, ਕਿੰਨਾ ਕੋਰਸ ਹੁੰਦਾ, ਕੀ ਉਹਦੀ ਡੋਜ਼ ਹੁੰਦੀ ਹੈ, ਕਿੱਦਾਂ ਬਾਈ? ਜਿਹੜੀ ਅਸੀਂ ਦਵਾਈ ਦਿੰਦੇ ਹਾਂ ਨਸ਼ਾ ਛੱਡਣ ਦੀ, ਉਹ ਬਿਲਕੁਲ ਫਰੀ ਦਿੰਦੇ ਹਾਂ, ਜਿਹੜੀਆਂ ਅਸੀਂ ਭਸਮਾਂ ਲਿਖ ਕੇ ਦਿੰਦੇ ਹਾਂ ਉਹ ਬਲੱਡ ਚੇਂਜ ਕਰਦੀਆਂ ਨੇ, ਬ੍ਰੇਨ ਨੂੰ ਤਾਕਤ ਆਉਂਦੀ ਹੈ, ਇੱਕ ਮਹੀਨੇ ਦਾ ਕੋਰਸ ਹੈ ਜੀ। ਜਿਹੜਾ ਸਾਡਾ ਮਿਲਣ ਦਾ ਸਮਾਂ ਹੈ, ਦਿਓਲ ਮੈਰਿਜ ਪੈਲਸ ਪਿੰਡ ਕੱਟੂ ਵਾਲੀਆਂ, ਸਾਡਾ ਮੋਬਾਈਲ ਨੰਬਰ 90418-6655 ਨੰਬਰ ਹੈ ਜੀ। ਜਿਹੜਾ ਇਨਸਾਨ, ਜਿਹੜਾ ਬੱਚਾ ਸਰਧਾ ਨਾਲ ਗੁਰੂ ਘਰ ਮੱਥਾ ਟੇਕ ਕੇ ਗਊਆਂ ਨੂੰ ਕੁਛ ਨਾ ਕੁਛ ਪਾ ਕੇ ਜਾਂ ਨਾਲ ਲੈ ਕੇ ਆਉਂਦਾ ਬਾਈ ਜੀ, ਉਹਨੂੰ ਡੱਕੇ ਜਿੰਨੀ ਤਕਲੀਫ ਨਹੀਂ ਹੁੰਦੀ, ਅਤੇ ਉਹ ਜਿੱਡਾ ਮਰਜ਼ੀ ਨਸ਼ਾ ਕਰਦਾ, ਜਿੰਨੀ ਮਰਜ਼ੀ ਡੋਜ਼ ਕਰਦਾ। ਪੰਜਾਬ ਦੇ ਪੰਜ ਆਬਾਂ ਦੀ ਧਰਤੀ ਅੱਜ 6ਵੇਂ ਦਰਿਆ ਵਿੱਚ ਵਗਦੀ ਹੈ, ਕਿਉਂਕਿ ਅੱਜ ਨਸ਼ੇ ਦਾ ਇੰਨਾ ਜਿਹੜਾ ਹੜ੍ਹ ਜੜ ਪੰਜਾਬ ਦੇ ਵਿੱਚ ਆ ਚੁੱਕਾ ਆ, ਹਰ ਨੌਜਵਾਨ ਜਿਹੜਾ ਨਸ਼ੇ ਦੇ ਵਿੱਚ ਧੱਸ ਚੁੱਕਾ ਆ। ਸੋ ਉਸ ਨਸ਼ੇ ਨੂੰ ਹਟਾਉਣ ਦੇ ਲਈ ਭਾਵੇਂ ਸਰਕਾਰਾਂ ਲੱਖ ਉਪਰਾਲੇ ਕਰਦੀਆਂ ਨੇ, ਲੱਖਾਂ ਵਾਅਦਾ ਹੀ ਕਰਦੀਆਂ ਨੇ, ਪਰ ਅਜੇ ਤੱਕ ਜਿਹੜੇ ਨਸ਼ੇ ਨੂੰ ਠੱਲਣੇ ਪਏ, ਬਹੁਤ ਸਾਰੇ ਜਿਹੜੇ ਨੌਜਵਾਨ ਨਸ਼ੇ ਵਿੱਚ ਲੱਗੇ ਹੁੰਦੇ, ਉਹਨਾਂ ਨੂੰ ਨਸ਼ਾ ਛਡਾਉਣਾ ਹੋਵੇ ਤਾਂ ਲੱਖਾਂ ਲੱਖਾਂ ਰੁਪਈਆ, ਹਜ਼ਾਰਾਂ ਹਜ਼ਾਰ ਰੁਪਈਆ, ਲੱਖੀ ਜਿਹੜੇ ਖਰਚ ਦਿੰਦੇ ਨੇ, ਪਰ ਇੱਥੇ ਜਿਹੜੀ ਹੈ ਨਸ਼ੇ ਦੀ ਦਵਾਈ ਬਿਲਕੁਲ ਫਰੀ ਦਿੱਤੀ ਜਾਂਦੀ ਹੈ। ਸਿਰਫ ਤਾਂ ਕੀ ਹੈ ਕਿ ਉਹਨੂੰ ਬਣਾ ਕੇ ਇੱਥੇ ਜਿਹੜਾ ਆ ਗਊ ਮਾਤਾ ਦੀ ਸੇਵਾ ਕਰਨੀ ਪੈਂਦੀ ਹੈ, ਗਊ ਜਿਹੜੀ ਇੱਥੇ ਗਊਆਂ ਜਿੰਨੀਆਂ ਵੀ ਉਹਨਾਂ ਦੇ ਲਈ ਜਿਹੜਾ ਉਹਦੀ ਖਾਣ ਦਾ ਬੰਦੋਬਸਤ ਜਾਂ ਉਹਨਾਂ ਦੇ ਰਹਿਣ ਦਾ ਪੱਥੇ ਜੋ ਵੀ ਆ, ਗਊ ਮਾਤਾ ਦੀ ਸੇਵਾ ਜਿਹੜੀ ਆ ਕੀਤੀ ਜਾਂਦੀ ਹੈ। ਸੋ ਸਾਡੇ ਨਾਲ ਇਹ ਸੰਸਥਾ ਦੇ ਮੁਖੀ ਜਿਹੜੇ ਨੇ ਬਾਬਾ ਲਖਵੀਰ ਸਿੰਘ ਦਿਓਲ ਜੀ ਨੇ, ਜਿਨ੍ਹਾਂ ਵੱਲੋਂ ਦੋ ਵੱਡੇ ਉਪਰਾਲੇ ਕੀਤੇ, ਇੱਕ ਤਾਂ ਗਊ ਸੇਵਾ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾਉਣ ਦਾ ਵੱਡਾ ਉਪਰਾਲਾ ਇਹਨਾਂ ਨੂੰ ਕੀਤਾ ਜਾਂਦਾ। ਸੋ ਸਾਰੀ ਜਾਣਕਾਰੀ ਆਪਾਂ ਇਹਨਾਂ ਕੋਲੋਂ ਹਾਸਲ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਪਿਆਰ ਭਰੀ ਨੇਕੀ, ਸਤਿ ਸ਼੍ਰੀ ਅਕਾਲ ਜੀ। ਬਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡੇ ਚੈਨਲ ਨੂੰ ਬਹੁਤ ਲੱਖ ਲੱਖ ਮੁਬਾਰਕਾਂ ਸਾਡੇ ਵੱਲੋਂ, ਜਿਹੜਾ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਤੁਸੀਂ ਹਰੇਕ ਪਰਿਵਾਰ ਦੇ ਵਿੱਚ ਜਿਹੜਾ ਕਿ ਅੱਜ ਕੱਲ੍ਹ ਨਸ਼ਾ, ਚਿੱਟਾ, ਸਮੈਕ, ਭੁੱਕੀ, ਅਫੀਮ,
ਮੈਡੀਕਲ ਨਸ਼ੇ, ਰਵਾਇਤੀ ਨਸ਼ੇ, ਸ਼ਰਾਬ, ਜਿਨ੍ਹਾਂ ਤੋਂ ਪੰਜਾਬ ਖੋਖਲਾ ਹੋ ਗਿਆ ਬਿਲਕੁਲ। ਹਰੇਕ ਪਰਿਵਾਰ ਦੇ ਵਿੱਚ ਇੱਕ ਮੰਗ ਹੈ, ਅੱਗੇ ਮੰਗ ਹੁੰਦੀ ਤੀ ਵੀ ਸਾਡਾ ਮੁੰਡਾ ਗੱਭਰੂ ਹੋਇਆ ਆਪਦੇ ਬਾਪੂ ਜੀ ਨਾਲ ਜਾਂ ਆਪਦੇ ਦਾਦਾ ਜੀ ਨਾਲ ਕੰਮ ਕਾਰ ਕਰਾਊਗਾ, ਪਰਿਵਾਰਾਂ ਦੇ ਵਿੱਚ ਖੁਸ਼ੀਆਂ ਆਉਣਗੀਆਂ, ਅਸੀਂ ਬੇਟੇ ਨੂੰ ਵਿਆਹ ਲਾਂਗੇ। ਹੁਣ ਪਰਿਵਾਰ ਦੇ ਵਿੱਚ ਇੱਕੋ ਹੀ ਬਹੁਤ ਵੱਡੀ ਹੁੰਦੀ ਹੈ ਖੁਸ਼ੀ ਵੀ ਸਾਡਾ ਬੱਚਾ ਕੋਈ ਨਸ਼ਾ ਨਾ ਕਰੇ। ਜਿਹੜੇ ਪਰਿਵਾਰ ਦੇ ਵਿੱਚ ਨਸ਼ਾ ਹੈ ਉਹਨਾਂ ਨੂੰ ਪਤਾ ਲੱਗਦਾ ਹੀ ਸਾਨੂੰ ਜਦੋਂ ਸਾਡੀਆਂ ਧੀਆਂ ਭੈਣਾਂ ਭਰਾ ਬਜ਼ੁਰਗ ਸਾਡੇ ਲਵੇ ਆਉਂਦੇ ਨੇ ਤਾਂ ਜਿਹੜੇ ਉਹਨਾਂ ਦੇ ਹੰਝੂ ਨੇ ਸਾਡਾ ਦਿਲ ਚੀਰ ਕੇ ਰੱਖ ਦਿੰਦੇ ਹੈ। ਜਦੋਂ ਬੱਚਾ ਇੱਕ ਗੱਭਰੂ ਹੁੰਦਾ, ਭਰਾ ਮੇਰਾ ਗੱਭਰੂ ਕਰਦੇ ਆ ਬੱਚੇ ਨੂੰ, ਸਾਡਾ ਬੱਚਾ ਹੋਇਆ ਅੱਜ ਇਹਨੇ ਸਾਨੂੰ ਸੁੱਖ ਦੇਣਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਬੇਟਾ ਤਾਂ ਇੰਜੈਕਸ਼ਨ ਲਾਉਣ ਲੱਗ ਗਿਆ ਜਾਂ ਸਾਡਾ ਬੇਟਾ ਤਾਂ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਗਿਆ ਜਾਂ ਸਾਡਾ ਬੱਚਾ ਨਸ਼ੇ ਦੇ ਵਿੱਚ ਧੁੱਤ ਰਹਿੰਦਾ ਹੈ, ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਡੀਕਲ ਨਸ਼ਾ ਕਰਦਾ ਤਾਂ ਕਿਹੜਾ ਕਰਦਾ। ਉਹ 'ਚ ਫਿਰ ਗੁਰੂ ਮਹਾਰਾਜ ਦੀ ਇੱਕ ਅਪਾਰ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਦੀ। ਅਸੀਂ ਮਹਾਂਪੁਰਸ਼ੋ ਛੋਟੇ ਹੁੰਦੇ ਬਚਪਨ ਤੋਂ ਗਊਆਂ ਦੀ ਸੇਵਾ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਜਿਹੜਾ ਬੱਚਾ ਕਿਸੇ ਵੀ ਕਿਸਮ ਦੀ ਇਨਸਾਨ ਤੋਂ ਦੇਖੋ ਭੁੱਲ ਹੋ ਜਾਂਦੀ ਹੈ, ਭੁੱਲ ਵੱਡੀ ਉਮਰ 'ਚ ਛੋਟੀ ਉਮਰ 'ਚ ਕਿਸੇ 'ਚ ਵੀ ਹੋ ਜਾਂਦੀ ਹੈ। ਜਿਹੜੀ ਭੁੱਲ ਹੁੰਦੀ ਹੈ ਉਹਨੂੰ ਪਰਮਾਤਮਾ ਸੱਚੇ ਪਾਤਸ਼ਾਹ ਗਊ ਮਾਤਾ ਅਪਾਰ ਕਿਰਪਾ ਕਰਦੀ ਹੈ, ਉਹ ਭੁੱਲ ਬਖਸਾਉਣ ਦਾ ਸਮਾਂ ਦਿੰਦੀ ਹੈ। ਬਾਈ ਜੀ, ਅਸੀਂ ਕੁੱਲ ਪ੍ਰਕਾਰ ਦੀ ਨਸ਼ੇ ਦੀ ਦਵਾਈ ਦਿੰਦੇ ਹਾਂ, ਚਾਹੇ ਕਿਸੇ ਦਾ ਬ੍ਰੇਨ ਵੀਕ ਹੋ ਗਿਆ ਨਸ਼ਾ ਕਰ ਕਰ, ਸਰੀਰ ਖੜ੍ਹਾ ਨਹੀਂ ਹੁੰਦਾ, ਸਰੀਰ 'ਚ ਐਨਰਜੀ ਨਹੀਂ ਆਉਂਦੀ। ਜਿਹੜੇ ਪਰਿਵਾਰ ਨਸ਼ਾ ਵੀ ਨਹੀਂ ਕਰਦੇ, ਸਰੀਰ ਦੇ ਵਿੱਚ ਖੜ੍ਹਾ ਨਹੀਂ ਹੋਇਆ ਜਾਂਦਾ, ਸਰੀਰ 'ਚ ਐਨਰਜੀ ਨਹੀਂ ਆਉਂਦੀ ਜਾਂ ਗੋਡਿਆਂ ਮੋਢਿਆਂ 'ਚ ਪ੍ਰੋਬਲਮ ਰਹਿੰਦੀ ਹੈ, ਅਸੀਂ ਹਰੇਕ ਪ੍ਰਕਾਰ ਦੀ ਬਾਈ ਜੀ ਦਵਾਈ ਦਿੰਦੇ ਹਾਂ। ਜਿਹੜੀ ਦਵਾਈ ਦਿੰਦੇ ਹਾਂ ਅਸੀਂ ਨਸ਼ੇ ਦੀ ਬਿਲਕੁਲ ਫਰੀ ਦਿੰਦੇ ਹਾਂ ਪੁੱਤ, ਅਸੀਂ ਕੋਈ ਪੈਸਾ ਨਹੀਂ ਲੈਂਦੇ। ਜਿਹੜਾ ਸਾਡਾ ਮਿਲਣ ਦਾ ਸਮਾਂ ਹੈ, ਦਿਓਲ ਮੈਰਿਜ ਪੈਲਸ ਪਿੰਡ ਕੱਟੂ ਵਾਲੀਆਂ, ਸਾਡਾ ਮੋਬਾਈਲ ਨੰਬਰ 90418-6655 ਨੰਬਰ ਹੈ ਜੀ। ਜਿਹੜੇ ਕੋਈ ਸਾਡੇ ਭਰਾ ਦੇਸਾਂ ਵਿਦੇਸਾਂ ਦੇ ਵਿੱਚ ਜਿਵੇਂ ਅਮੈਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਆਸਟ੍ਰੇਲੀਆ, ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਕੈਂਪ ਲਵਾਉਂਦੇ ਜੀ ਸਾਡੇ ਤੋਂ, ਵੀ ਤੁਸੀਂ ਕੈਂਪ ਲਾਓ ਜਾ ਕੇ, ਉੱਥੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਦੀ। ਜਿਹੜਾ ਇਨਸਾਨ, ਜਿਹੜਾ ਬੱਚਾ ਸ਼ਰਧਾ ਨਾਲ ਗੁਰੂ ਘਰ ਮੱਥਾ ਟੇਕ ਕੇ ਗਊਆਂ ਨੂੰ ਕੁਛ ਨਾ ਕੁਛ ਪਾ ਕੇ ਜਾਂ ਨਾਲ ਲੈ ਕੇ ਆਉਂਦਾ ਹੈ ਬਾਈ ਜੀ, ਉਹਨੂੰ ਡੱਕੇ ਜਿੰਨੀ ਤਕਲੀਫ ਨਹੀਂ ਹੁੰਦੀ, ਅਤੇ ਉਹ ਜਿੱਡਾ ਮਰਜ਼ੀ ਨਸ਼ਾ ਕਰਦਾ, ਜਿੰਨੀ ਮਰਜ਼ੀ ਡੋਚ ਕਰਦਾ, ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਨਸ਼ਾ ਛੱਡਿਆ ਕਿਵੇਂ ਹੈ। ਸਾਡੇ ਨਾਲ ਕੁਛ ਪਤਵੰਤੇ ਸੱਜਣ ਖੜ੍ਹੇ ਨੇ ਜਿਨ੍ਹਾਂ ਦੀ ਗੁਰੂ ਮਹਾਰਾਜ ਨੇ ਜ਼ਿੰਦਗੀ ਬਖਸ਼ੀ ਹੈ, ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ, ਉਹਨਾਂ ਨਾਲ ਤੁਸੀਂ ਬਿਲਕੁਲ ਇੱਕ ਵਾਰੀ ਗੱਲ ਕਰਿਓ। ਹਾਂ, ਇੱਕ ਗੱਲ ਜ਼ਰੂਰ ਕਹਾਂਗੇ, ਸਾਡੀਆਂ ਮਾਤਾਵਾਂ ਭੈਣਾਂ ਨੂੰ, ਕਈ ਸਾਡੇ ਵੀਰਾਂ ਨੂੰ ਇਹ ਜ਼ਿੰਦਗੀ ਸਟਰਗਲ ਭਰੀ ਹੈ, ਅੱਜ ਕੱਲ੍ਹ ਸਮਾਂ ਨਹੀਂ ਹੈਗਾ, ਆਉਣ ਦਾ ਸਮਾਂ ਨਹੀਂ ਹੈਗਾ, ਉਹਨਾਂ ਨੇ ਬਾਹਰਲੇ ਮੁਲਕਾਂ 'ਚ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਦਵਾਈ ਮੰਗਾਉਣੀ ਆ, ਸਾਡਾ ਇੱਕ ਨੰਬਰ ਸੇਵ ਕਰਕੇ ਰੱਖਣ, ਸਾਨੂੰ ਘੰਟੀ ਮਾਰਨ, ਆਪਣਾ ਐਡਰੈਸ ਦੇ ਦੇਣ ਬਾਈ ਜੀ, ਅਸੀਂ ਉਹਨਾਂ ਦੇ ਦਵਾਈ ਘਰ ਪਹੁੰਚਾਵਾਂਗੇ। ਜਦੋਂ ਦਵਾਈ ਸ਼ੁਰੂ ਕਰਨੀ ਆ, ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਗੁਰੂ ਮਹਾਰਾਜ ਦੇ ਤਾਬੇ ਜਾ ਕੇ ਆਸ਼ੀਰਵਾਦ ਜ਼ਰੂਰ ਲੈਣਾ। ਸਾਡੇ ਨਾਲ ਬਾਈ ਜੀ ਆਏ ਨੇ, ਕੀ ਨਾਮ ਹੈ ਬੇਟਾ ਤੇਰਾ? ਗੁਰਜਿੰਦਰ ਸਿੰਘ ਜੀ। ਅਸੀਂ ਘੱਕਰ ਵਾਲਾ ਭਾਈ ਕੋਲੋਂ ਆਉਂਦੇ। ਹਾਂ ਜੀ, ਚਿੱਟਾ ਗੱਲ ਆਉਂਦੇ ਸੀ। ਤੇ ਫਿਰ ਇੱਥੇ ਦਾ ਕਿਵੇਂ ਪਤਾ ਲੱਗਾ ਤੁਹਾਨੂੰ? ਅਸੀਂ ਵੀਡੀਓ ਵੇਖੀ ਦੀ ਬਾਬੇ ਦੀ, ਸਾਡੇ ਅਸੀਂ ਫੋਨ ਕੀਤਾ ਜੀ, ਬਾਬੇ ਨੇ ਨੰਬਰ ਲਾਇਆ, ਬਾਬਾ ਕਹਿੰਦਾ ਤੁਸੀਂ ਦੂਜੇ ਦਿਨ ਆ ਜਿਓ। ਅਸੀਂ ਆਏ ਜੀ, ਦਵਾਈ ਲਿੱਤੀ, ਬਾਬੇ ਨੇ ਕਿਰਪਾ ਹੋ ਗਈ ਆਪਣੀ ਦੀ। ਕਿੰਨੇ ਚਿਰ ਤੋਂ ਨਸ਼ਾ ਕਰਦੇ ਸੀ? ਮੈਂ ਜੀ ਸਾਲ ਕੁ ਹੋ ਗਿਆ ਹੋਊਗਾ ਜੀ। ਦੋ ਗ੍ਰਾਮ ਲੈਂਦਾ ਕਰਦਾ ਤੀ ਇੱਕ ਦਿਨ ਦਾ ਜੀ, ਇੱਕ ਦਿਨ ਦਾ 2 ਗ੍ਰਾਮ ਕਰਦਾ ਤੀ।
ਪੈਸੇ ਹੁੰਦੇ ਨਹੀਂ ਤੀ, ਐਵੇਂ ਬਸ ਕਦੇ ਕਿਤੇ ਲਿੱਤੀ ਫੜ ਲਈ ਉਧਾਰੇ, ਕਦੇ ਕਿਤੋਂ ਫੜ ਲਈ, ਐਵੇਂ ਬਸ ਦੋ ਤਿੰਨ ਦਿਨ ਲੱਗ ਗਏ। ਫਿਰ ਉਦੋਂ ਬਾਅਦ ਘਰੇ ਪਤਾ ਲੱਗ ਗਿਆ ਜੀ, ਘਰਦਿਆਂ ਨੇ ਫਿਰ ਬਾਬੇ ਦੀ ਵੀਡੀਓ ਵੇਖੀ ਜੀ, ਫਿਰ ਉਦੋਂ ਬਾਅਦ ਮੈਨੂੰ ਲੈ ਕੇ ਆਈ ਉਰੇ, ਉਰੇ ਲੈ ਕੇ ਆਈ, ਆਪਣੇ ਬਾਬੇ ਨੇ ਸਮਝਾਇਆ ਵੀ ਐਵੇਂ ਦਵਾਈ ਲੈਣੀ ਆ, ਐ ਲੈਣੀ ਆ, ਆਪਾਂ ਨੂੰ ਸਾਰੀ ਗੱਲਬਾਤ ਕੀਤੀ ਬਾਬੇ ਦੀ, ਬਾਕੀ ਕਿਰਪਾ ਹੋ ਗਈ, ਬਾਕੀ ਗਊਸ਼ਾਲਾ ਦੇ ਆਪਾਂ ਮੱਥਾ ਟੇਕ ਕੇ ਆਏ ਜੀ, ਬਾਕੀ ਸਾਰੀ ਕਿਰਪਾ ਹੋ ਗਈ ਆਪਣੇ ਦੀ, ਹੁਣ ਆਪਣਾ ਸਰੀਰ ਵੀ ਠੀਕ ਆ ਜੀ। ਅਟੈਕ ਹੋ ਗਿਆ ਸੀਗਾ ਜੀ ਬੇਟੇ ਦੀ ਟੈਂਸ਼ਨ ਦੇ ਵਿੱਚ, ਫਾਦਰ ਸਾਹਿਬ ਨੂੰ ਅਟੈਕ ਹੋ ਗਿਆ। ਦੇਖੋ ਮਾਂ ਪਿਓ ਤਾਂ ਵੈਸੇ ਮਾਰਿਆ ਪਿਆ ਹੁੰਦਾ, ਜਿਹੜੇ ਪਰਿਵਾਰ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਸਾਡਾ ਗੱਭਰੂ ਪੁੱਤ ਇੱਕ ਨਸ਼ੇ ਦੇ ਵਿੱਚ ਹੋ ਗਿਆ, ਉਹਨੂੰ ਅਟੈਕ ਹੀ ਹੋਊ ਔਰ ਹੋਊਗੀ। ਹੁਣ ਅੱਜ ਉਹਦਾ ਡੈਡੀ ਵੀ ਨੋਰਮਲ ਹੈ, ਗੁਰੂ ਮਹਾਰਾਜ ਦੀ ਕਿਰਪਾ ਸਾਡੇ ਨਾਲ ਗਊਆਂ ਦੀ ਸੇਵਾ ਕਰਾਉਣ ਆਉਂਦਾ, ਬੱਚਾ ਵੀ ਨੋਰਮਲ ਹੈ, ਫਾਦਰ ਸਾਹਿਬ ਨਾਲ ਵੀ ਗੱਲ ਕਰ ਲਓ ਜੀ ਤੁਸੀਂ। ਸੋ ਜਿਹੜੇ ਆਪਾਂ ਨੌਜਵਾਨਾਂ ਗੱਲ ਕੀਤੀ ਹੈ ਜੀ, ਦੱਸਦੇ ਸੀ ਕਿ ਉਹ ਨਸ਼ਾ ਕਰਦਾ, ਡੇਲੀ ਤਾਂ 2 ਗ੍ਰਾਮ ਨਸ਼ਾ ਹੁੰਦਾ ਸੀ, ਅਤੇ ਬਾਬਾ ਜੀ ਦੀ ਵੀਡੀਓ ਦੇਖੀ ਅਤੇ ਇੱਥੇ ਆਏ ਤੇ ਉਹਦੇ ਨਾਲ ਬੇਟੇ ਦੇ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਵੀ ਗੱਲ। ਤੁਹਾਡਾ ਬੇਟਾ ਜਿਹੜਾ ਪਹਿਲਾਂ ਕੀ ਨਾਂ ਤੁਹਾਡਾ? ਮੇਰਾ ਨਾਮ ਦਿਆ ਸਿੰਘ ਹੈ ਜੀ। ਦਿਆ ਸਿੰਘ ਜੀ, ਤੁਹਾਡਾ ਬੇਟਾ ਜਿਹੜਾ ਨਸ਼ੇ ਕਰਦਾ ਸੀ ਪਹਿਲਾਂ ਤੁਹਾਨੂੰ ਪਤਾ ਸੀ ਲੱਗਾ ਸੀ, ਕਿੰਨੀ ਦੇਰ ਬਾਅਦ ਪਤਾ ਲੱਗਾ? ਪਹਿਲਾਂ ਨਹੀਂ ਸਾਨੂੰ ਪਤਾ ਲੱਗਾ ਜੀ, ਸਾਨੂੰ ਅਸਲ ਦੇ ਵਿੱਚ ਹੁਣ ਜ਼ਿਆਦਾ ਪਤਾ ਲੱਗਾ ਜੀ, ਸਾਨੂੰ ਹੌਲੀ ਹੌਲੀ ਤਾਂ ਪਤਾ ਲੱਗ ਰਿਹਾ ਸਾਨੂੰ ਇਹ ਬਾਲਟੀਆਂ ਨਾਲ ਰਲਦਾ ਜੀ, ਅਸੀਂ ਥੋੜ੍ਹੀ ਜਿਹੀ ਘੱਟ ਗੌਰ ਦਿੱਤੀ, ਸਾਨੂੰ ਇਹਦੇ ਵਿੱਚ ਕੰਮ ਧੰਦੇ ਲੱਗ ਰਹੇ, ਕੰਮ ਸਿੱਖਣ ਲੱਗ ਰਹੇ ਤੇ ਸਮਾਣੇ ਇਹ ਗੱਡੀਆਂ ਦਾ, ਅਤੇ ਸਾਨੂੰ ਇਹਦੇ ਵਿੱਚ ਦੁਕਾਨ 'ਤੇ ਜਾਂਦਾ, ਦੁਕਾਨ ਦੁਕਾਨ 'ਤੇ ਘੱਟ ਜਾਇਆ ਕਰ ਜੋ ਪਾਲਟੀ ਰਲਣ ਲੱਗ ਗਿਆ, ਸਾਨੂੰ ਹੌਲੀ ਹੌਲੀ ਪਤਾ ਲੱਗਣ ਲੱਗਿਆ ਗਾਂ ਤੋਂ ਗਾਂ, ਮੈਨੂੰ ਖੁਦ ਅਟੈਕ ਆ ਗਿਆ ਜੀ, ਇੱਕ ਸਾਈਡ ਮੇਰੀ ਖੜ ਗਈ ਜੀ, ਡੈੱਡ ਹੋ ਗਿਆ ਜੀ ਉਦੋਂ, ਅਤੇ ਉਹਦੇ ਫਿਕਰ ਦੇ ਵਿੱਚ ਮੈਨੂੰ, ਇਹਦੇ ਫਿਕਰ ਦੇ ਵਿੱਚ ਜੀ ਮੈਨੂੰ ਸਾਰਾ ਕੁਛ, ਬਿਮਾਰੀਆਂ ਮੈਨੂੰ ਬਹੁਤ ਚੱਲੇ ਜਾਊਂ ਵੀ, ਬਹੁਤ ਬਿਮਾਰੀਆਂ ਮੈਨੂੰ ਹੋਰ ਵੀ ਹੋ ਗਈਆਂ ਜੀ ਕਈ ਵਾਰੀ, ਅਤੇ ਬਾਕੀ ਉਹਦੇ ਸਾਡਾ ਆਪ 'ਚ ਗਾਲ ਮਗਾਲੀ ਹੋਇਆ ਸੀ, ਇਹਨੂੰ ਮੈਂ ਥੱਪੜ ਥੁੱਪੜ ਵੀ ਲਾਈ ਅਸੀਂ ਇਹਦੇ, ਅਤੇ ਮੈਂ ਇਹਨਾਂ ਤੋਂ ਬਾਅਦ ਅਸੀਂ ਬਹਿ ਗਏ ਘਰੇ, ਠੰਡੇ ਹੋ ਕੇ ਜਦ ਮੈਂ ਦਵਾਈ ਦਵੂਈ ਦਵਾ ਲਏ ਜੀ, ਸਮਾਣੇ ਲੈ ਗਏ, ਉਹਨਾਂ ਤੋਂ ਦੂਸਰੇ ਦਿਨ 'ਤੇ ਫਿਰ ਮੈਂ ਬਾਬਾ ਜੀ ਦਾ ਮੋਬਾਈਲ ਦੇਖਣ ਲੱਗ ਰਿਹਾ, ਉਹੀ ਆਟੋਮੈਟਿਕ ਕਿਤੇ ਵੀਡੀਓ ਆ ਗਈ ਅੱਗੇ ਬਾਬੇ ਦੀ ਯੂਟਿਊਬ ਤੋਂ ਜੀ, ਅਤੇ ਮੈਂ ਧਿਆਨ ਨਾਲ ਦਿੱਤਾ ਜੀ, ਪੂਰਾ ਧਿਆਨ ਨਾਲ ਦਿੱਤਾ, ਮੈਂ ਪੂਰਾ ਸੁਣਿਆ ਨਾ, ਮੈਂ ਇਹਦੀ ਮੰਮੀ ਨੂੰ ਕਿਹਾ ਜੀ ਨਾਲ ਦੀ ਨਾਲ, ਮਹਾਂ ਵੀ ਬਾਬਾ ਦਵਾਈ ਦਿੰਦਾ ਕਿਤੇ, ਮਹਾਂ ਸੁਣੋ ਮਾਸ ਮਾਰ ਕੇ, ਅਤੇ ਅਸੀਂ ਉਹ ਤੋਂ ਬਾਅਦ ਇਹਨੂੰ ਪੁੱਛਿਆ ਜੀ, ਇਹ ਕਹਿੰਦਾ ਹਾਂ, ਕਹਿੰਦਾ ਡੈਡੀ ਮੈਨੂੰ ਦਵਾਈ ਦਵਾ ਲਿਓ, ਕਹਿੰਦਾ, ਅਤੇ ਇਹ ਕਹਿੰਦਾ ਜੀ ਮੈਨੂੰ ਤਾਂ ਕੁਛ ਤਾਂ ਨਹੀਂ ਪਤਾ ਹੈਗਾ ਲੈਣ ਦੇਣ ਦਾ ਜੀ, ਅਤੇ ਮੈਨੂੰ ਤਾਂ ਕਹਿੰਦਾ ਮੈਨੂੰ ਦਵਾਈ ਲਿਓ, ਕਹਿੰਦਾ ਭਰਤੀ ਕਰੋ ਮੈਨੂੰ ਕਿਤੇ ਵੀ ਲਿਆ, ਕਹਿੰਦਾ ਮੈਂ ਅੱਜ ਤੋਂ ਬਾਅਦ ਵੀ ਕੁਛ ਵੀ ਕਰਨਾ ਹੈਗਾ ਜੀ, ਅਤੇ ਅਸੀਂ ਫਿਰ ਦੋਵੇਂ ਦਿਨ ਆ ਗਏ ਜੀ, ਅਸੀਂ ਉਰੇ ਚਾਰੇ ਜਾਣੇ, ਜਿਹਦੀ ਮੰਮੀ ਅਤੇ ਮੈਂ ਦੀ, ਅਤੇ ਇਹਦੀ ਦੂਜੀ ਮੰਮੀ ਦੀ ਤਾਈ, ਅਤੇ ਅਸੀਂ ਉਹਦੀ ਆ ਗਏ ਜੀ ਉਰੇ, ਫਿਰ ਬਾਬਾ ਜੀ ਨੇ ਦਵਾਈ ਦਿੱਤੀ ਜੀ, ਬਾਕੀ ਬਾਬੇ ਦੀ ਕਿਰਪਾ ਹੋ ਗਈ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਜੀ, ਕਿ ਮੈਂ ਬਾਬਾ ਜੀ ਨੇ ਕਿਹਾ ਜੀ ਦਵਾਈ ਇਸ ਤਰ੍ਹਾਂ ਖਵਾਉਣੀ, ਅਸੀਂ ਉੱਥੇ ਉਹ ਢੰਗ ਨਾਲ ਖਵਾ ਰਹੇ ਜੀ, ਮੈਂ ਹਾਲੇ ਵੀ ਭਰੋਸਾ ਨਹੀਂ ਬਿਲਕੁਲ ਵੀ ਕਰ ਰਹੇ, ਨਾਲ ਨਾਲ ਰੱਖ ਦਿੰਦੀ ਹਾਂ ਟਾਈਮ ਕੰਮਾਂ 'ਤੇ ਵੀ, ਅਤੇ ਘਰੇ ਵੀ ਹੁੰਦਾ ਜੀ, ਘਰੇ ਵੀ ਤਾਂ ਨਾਲ ਨਾਲ ਰਹਿੰਦਾ ਜੀ ਟਾਈਮ। ਮੈਨੂੰ ਕਹਿਣ ਤਾਂ ਬਾਬੇ ਤੁਸੀਂ ਦੋ ਚੀਜ਼ਾਂ ਦੇ ਵਿੱਚ ਸਫਲ ਹੋਏ ਹੋ, ਇੱਕ ਤਾਂ ਤੁਹਾਡਾ ਬੇਟਾ ਜਿਹੜਾ ਨਸ਼ੇ ਤੋਂ ਛੁੱਟ ਗਿਆ, ਇੱਕ ਗਊ ਮਾਂ ਦੀ ਜਿਹੜੀ ਸੇਵਾ ਕਰਨ ਦਾ ਮੌਕਾ ਵੀ ਮਿਲ ਗਿਆ। ਹਾਂ ਇਹ ਵੀ ਮੌਕਾ ਮਿਲ ਗਿਆ ਜੀ, ਇਹ ਵੀ ਇੱਕ ਮਾਲਕ ਨੇ ਜੀ ਕਿਰਪਾ ਨਾਲ ਇੱਧਰ ਵੀ ਸੇਵਾ ਲੈਣੀ ਸੀ ਸਾਤੋਂ, ਉਹ ਸੇਵਾ ਮਿਲ ਗਈ ਜੀ ਸਾਨੂੰ। ਬਾਬੇ ਨੂੰ ਮੈਂ ਤਾਂ ਕਹਿੰਦਾ ਮੇਰੀ ਜ਼ਿੰਦਗੀ ਵੀ ਬਾਬੇ ਜੀ ਨੂੰ ਲਾਉਣੀ ਜੀ, ਇਹਦੇ ਲੋਕਾਂ ਦੇ ਬੱਚਿਆਂ ਨੂੰ ਜ਼ਿੰਦਗੀਆਂ ਬਣਾ ਰਿਹਾ ਜੀ ਇਹ, ਮੇਰੀ ਜ਼ਿੰਦਗੀ ਵੀ ਇਹਨੂੰ ਲਾ ਦੇਣ, ਮੈਂ ਤਾਂ ਕਹਿੰਦਾ ਬਾਬੇ ਜੀ ਸੱਚੇ ਪਾਤਸ਼ਾਹ ਜੀ। ਹੋਰ ਵੀ ਸਾਡੇ ਨਾਲ ਬਜ਼ੁਰਗ ਖੜੇ ਨੇ, ਬਜ਼ੁਰਗ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਗੁਰਜੰਟ ਸਿੰਘ ਆ, ਪਿੰਡ ਖੋਡੀ ਕਲਾਂ ਜੀ। ਬਜ਼ੁਰਗ ਜਿਹੜੀ ਬਾਬਾ ਜੀ ਨੇ ਦਵਾਈ ਨਸ਼ੇ ਦੀ ਦੇ ਰਹੇ ਨੇ, ਕਿੰਨੇ ਨੌਜਵਾਨ ਠੀਕ ਹੋ ਰਹੇ ਨੇ, ਬਹੁਤ। ਤੁਸੀਂ ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਵੀ ਨਸ਼ਾ ਕਰਦੇ ਸੀ ਜਾਂ? ਹਾਂਜੀ, ਮੇਰਾ ਭਤੀਜਾ ਕਰਦਾ ਸੀ, ਮੇਰਾ ਰਿਸ਼ਤੇਦਾਰ ਦਾ ਮੁੰਡਾ ਜੀ, ਆਹ ਖੜੇ ਬਿਲਕੁਲ ਸਹੀ ਹੋ ਗਏ ਅਜਬ, ਅਤੇ ਬਿਲਕੁਲ ਠੀਕ ਠਾਕ ਹੋ ਗਏ ਜੀ। ਹੁਣ ਉਹਨੂੰ 1 ਮਹੀਨਾ ਹੋਣ ਵਾਲਾ ਜੀ ਪੂਰਾ ਲਗਭਗ, ਬਿਲਕੁਲ ਹੀ ਸਾਰਾ ਛੱਡ ਗਿਆ ਸਾਰਾ ਕੁਛ, ਕੋਈ ਨਸ਼ਾ ਨਹੀਂ ਕਰਦਾ ਜੀ। ਕਿਹੜਾ ਨਸ਼ਾ ਕਰਦਾ ਸੀ ਪਹਿਲਾਂ? ਉਹ ਚਿੱਟਾ ਵੀ ਕਰਨ ਲੱਗ ਗਿਆ ਸੀ, ਅਤੇ ਸਰਮੈਕ ਸਾਰਾ ਕੁਛ ਹੀ ਵਰਤਣ ਲੱਗ ਗਿਆ ਸੀ, ਭੁੱਕੀ ਤਾਂ ਨੋਰਮਲੀ ਸਮਝਦਾ ਸੀ, ਚਿੱਟਾ ਜ਼ਿਆਦਾ ਕਰਦਾ ਸੀ ਬਿਲਕੁਲ। ਹੁਣ ਇਸ ਟਾਈਮ ਕੋਈ ਆ ਗਊਆਂ ਦੀ ਸੇਵਾ ਕਰਦੇ ਹਾਂ, ਜੇ ਮਾਲਕ ਨੇ ਮਸਾਂ ਮੌਕਾ ਮਿਲਿਆ ਜੀ, ਗਊਆਂ ਦੀ ਸੇਵਾ ਕਰਦੇ ਹਾਂ ਜੀ, ਅਤੇ ਅਸ਼ੀਰਵਾਦ ਇਹਨਾਂ ਬਾਬਾ ਜੀ ਬਾਰੇ, ਬਾਬਾ ਜੀ ਬਾਰੇ ਕਿੱਦਾਂ ਤਾਂ ਪਤਾ ਲੱਗਾ ਕਿ ਬਈ ਬਾਬਾ ਜੀ ਇਹ ਕੰਮ? ਵੀਡੀਓ ਦੇਖੀ ਸੀ ਜੀ, ਉਹਨਾਂ ਨੂੰ ਮੈਂ ਫੋਨ ਮਾਰਿਆ, ਮੈਂ ਆਓ ਉੱਥੇ ਇਸ ਤਰ੍ਹਾਂ ਕਰਕੇ ਆਪਣੇ ਵੀਰ ਦਵਾਈ ਦਿੰਦੇ ਆ ਬਾਬਾ ਜੀ, ਅਤੇ ਮੈਂ ਕਿਹਾ ਤੁਹਾਨੂੰ ਦਵਾਈ ਦਵਾ ਕੇ ਲਿਆ ਕੇ ਆਉਣਾ ਉੱਥੋਂ। ਹੁਣ ਬਿਲਕੁਲ
ਇਹਨਾਂ ਆਸ਼ੀਰਵਾਦ ਅਤੇ ਗਊਆਂ ਆਸ਼ੀਰਵਾਦ ਹੈ ਜੀ। ਇੰਨਾ ਚੜ੍ਹਦੀ ਕਲਾਸ 'ਚ ਜੀ ਸਾਰਾ ਪਰਿਵਾਰ ਖੁਸ਼ ਹੈ ਜੀ ਹੁਣ। ਬਿਲਕੁਲ ਜੀ, ਦੇਖੋ ਬੱਚਾ ਵੀ ਠੀਕ ਹੋ ਗਿਆ, ਗਊ ਮਾਤਾ ਦੀ ਸੇਵਾ ਵੀ ਹੋ ਰਹੀ ਹੈ, ਇਹ ਬਹੁਤ ਪੁੰਨ ਜਿਹੜਾ ਬਹੁਤ ਵੱਡਾ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਜੀ ਇਹਨਾਂ ਦਾ। ਦੇਖ ਸਕਦੇ ਹੋ ਇਹ ਗਊਸ਼ਾਲਾ ਜਿਹੜੀ ਬਣਾਈ ਹੋਈ ਹੈ ਗਊਆਂ ਨੂੰ, ਜਿਵੇਂ ਸੇਵਾ ਕੀਤੀ ਜਾਂਦੀ ਹੈ। ਬਾਬਾ ਜੀ ਨਾਲ ਗੱਲ, ਬਾਬਾ ਜੀ ਵੈਸੇ ਤੁਹਾਡੇ ਮਨ 'ਚ ਕਿਵੇਂ ਆਇਆ ਸੀਗਾ, ਕਿਉਂਕਿ ਬਹੁਤ ਸਾਰੇ ਕੋਈ ਸੰਦੇਸ਼ ਦੇਵਾਂਗੇ, ਸਭ ਦੇ ਬੱਚੇ ਇੱਕ ਹੁੰਦੇ ਨੇ, ਅਸੀਂ ਨਹੀਂ ਚਾਹੁੰਦੇ ਵੀ ਚਾਚਾ ਤਾਇਆ ਜਿਹੜਾ ਹੈਗਾ ਆਪਣਾ ਇੱਕ ਪਿੰਡ ਦਾ ਪਰਿਵਾਰ ਹੁੰਦਾ, ਕਿਸੇ ਦਾ ਵੀ ਬਸਾ ਬੱਚਾ ਨਸ਼ਾ ਲੱਗਦਾ ਉਹਦੇ ਪਰਿਵਾਰ 'ਚ ਜ਼ਰੂਰ ਦੱਸੋ, ਕੋਈ ਚਾਚੇ ਤਾਇਆਂ ਨੂੰ ਮੈਸੇਜ ਆਉਂਦਾ ਉਹਨਾਂ ਨੂੰ ਕਹਿਣ ਦਾ ਹੱਕ ਮੰਨਦਾ ਵੀ ਭਾਈ ਬੱਚਾ ਹੈ, ਇਹ ਗਲਤ ਗੱਲ ਹੈ, ਇਹਨਾਂ 'ਚ ਉਮਰਾਂ ਖਰਾਬ ਹੋ ਜਾਂਦੀਆਂ ਨੇ, ਪਰਿਵਾਰਾਂ ਦੇ ਵਿੱਚ ਬਹਿਣ ਬਹਿ ਜਾਂਦੇ ਨੇ, ਬੇਟਾ ਇਸ ਚੀਜ਼ ਤੋਂ ਦੂਰ ਰਹੋ। ਦੇਖੋ ਪਹਿਲਾਂ ਬੱਚੇ ਨੂੰ ਸਮਝਾਓ, ਜੇ ਸਮਝਣ ਤੋਂ ਨਹੀਂ ਆਉਂਦਾ ਫਿਰ ਬੇਟਾ ਜਦੋਂ ਵੀ ਸਾਡੇ ਲਵੇ ਆਉਣਾ ਹੈ, ਸਾਡਾ ਪਿੰਡ ਹੈ, ਪਿੰਡ ਕੱਟੂ ਵਾਲੀਆਂ ਦਿਓਲ ਮੈਰਿਜ ਪੈਲਸ ਦੇ ਵਿੱਚ ਅਸੀਂ ਦਵਾਈ ਦਿੰਦੇ ਹਾਂ ਜੀ, ਦਵਾਈ ਅਸੀਂ ਬਿਲਕੁਲ ਫਰੀ ਦਿੰਦੇ ਹਾਂ। ਜਦੋਂ ਵੀ ਸਾਡੇ ਲਵੇ ਆਉਣਾ ਹੈ ਪਹਿਲਾਂ ਫੋਨ 'ਤੇ ਨੰਬਰ ਲਵਾਉਣਾ ਜੀ, ਨੰਬਰ ਸਾਡਾ 90 400 18 69 655। ਜਿਹੜੇ ਤੁਹਾਡੇ ਮਨ 'ਚ ਕਿਵੇਂ ਹੈ ਕਿ ਲੱਗਦਾ ਕਿ ਤੁਹਾਡੀ ਫੈਮਲੀ 'ਚ ਕੋਈ ਨਸ਼ਾ ਕਰਦਾ ਸੀ ਜਾਂ ਬੰਦੇ ਨੂੰ ਤਾਂ ਸੱਟ ਖਾ ਦੇ? ਸਾਡੇ ਤਾਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਜੀ, ਸਾਡੇ ਬਾਹਰ ਕਾਰੋਬਾਰ ਬਹੁਤ ਜ਼ਿਆਦਾ ਨੇ, ਸਾਡੇ ਲਵੇ ਜਾਇਦਾਦ ਬਹੁਤ ਵੱਡੀ ਹੈ ਜੀ, ਖੁੱਲ੍ਹੀ ਡੁੱਲੀ ਹੈ, ਸਾਨੂੰ ਤਾਂ ਬਸ ਸ਼ੌਂਕ ਹੈ, ਗੁਰੂ ਮਹਾਰਾਜ ਦੇ ਲੜ ਲੱਗੇ ਪਏ ਹਾਂ, ਸਾਨੂੰ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ, ਅਸੀਂ ਜਿਹੜੀ ਸੇਵਾ ਜੀ ਸੇਵਾ ਹੀ ਫਰੀ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਜਿੱਥੇ ਵੀ ਤੁਹਾਨੂੰ ਤੁਹਾਡੇ ਨਗਰ ਦੇ ਵਿੱਚ ਗਊਸ਼ਾਲਾ ਹੁੰਦੀ ਹੈ, ਤੁਹਾਡੇ ਨਗਰ ਦੇ ਵਿੱਚ ਗਊਆਂ ਫਿਰਦੀਆਂ ਨੇ, ਵਾਰਾਂ ਮਿਲਦੀਆਂ, ਤੁਸੀਂ ਉਹਨਾਂ ਨੂੰ ਪੇੜਾ ਪਾ ਕੇ ਉਹਨਾਂ ਦੀ ਸੇਵਾ ਕਰਕੇ ਆਪਦੇ ਨਗਰ ਦੇ ਵਿੱਚ ਗੁਰੂ ਘਰ ਮੱਥਾ ਟੇਕ ਕੇ ਆਓ ਜੀ, ਖੁਸ਼ੀਆਂ ਪ੍ਰਾਪਤ ਕਰੋਗੇ। ਜਿੰਨੇ ਬੱਚੇ ਸਾਡੇ ਲਵੇ ਆਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿਹੜਾ ਬੱਚਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਆਉਂਦਾ ਉਹਦੇ ਧੰਨ ਰਾਮਦਾਸ ਬਾਬਾ ਜੀ ਦੀ ਮਿਹਰ ਹੁੰਦੀ ਹੈ ਜੀ, ਦੁਬਾਰਾ ਜ਼ਿੰਦਗੀ ਦੇ ਵਿੱਚ ਨਸ਼ਾ ਨਹੀਂ ਲੱਗਦਾ ਜੀ। ਭਾਈ ਗਊਆਂ ਦੀ ਗੱਲ ਕਰਦੇ ਤੁਸੀਂ, ਬਹੁਤ ਵੱਡਾ, ਕਿਉਂਕਿ ਸਰਕਾਰਾਂ ਟੈਕਸ ਵਸੂਲਦੀਆਂ ਨੇ, ਗਊ ਟੈਕਸ ਵਸੂਲਦੀਆਂ ਨੇ, ਚਾਹੇ ਉਹ ਗੱਡੀ ਲੈ ਲਓ, ਪੈਟਰੋਲ ਪਾ ਲਓ, ਹਰ ਚੀਜ਼ ਦੇ ਵਿੱਚ ਟੈਕਸ ਹੈਗਾ, ਪਰ ਸਰਕਾਰਾਂ ਪੁੱਛਦੀਆਂ ਅਕਸਰ ਦੇਖਿਆ ਜਾਂਦਾ ਸੜਕਾਂ ਦੇ ਉੱਤੇ, ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ, ਆਮ ਖੇਤਾਂ ਦੇ ਵਿੱਚ, ਹੁਣ ਜਦੋਂ ਕਣਕਾਂ ਆਉਂਦੀਆਂ ਜਾਂ ਝੋਨਾ ਬੀਜਿਆ ਦਾ, ਕਣਕਾਂ ਜਾਂ ਫਸਲਾਂ ਨੂੰ ਵੀ ਗਊਆਂ ਨੁਕਸਾਨ ਕਰਦੀਆਂ ਨੇ, ਗਊਸ਼ਾਲਾ ਖੁੱਲ੍ਹੀਆਂ ਵੀ ਨੇ, ਪਰ ਸਰਕਾਰਾਂ ਦਾ ਧਿਆਨ ਕਿਉਂ ਨਹੀਂ? ਕਿ ਸਰਕਾਰਾਂ ਲਈ ਕੀ ਮੈਸੇਜ ਹੈ ਤੁਹਾਡਾ? ਸਰ ਬਾਈ ਜੀ, ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੂੰਗਾ ਤੁਹਾਨੂੰ ਵੀਰ ਜੀ, ਦੇਖੋ ਬੁਰਾਈ ਇਨਸਾਨ ਹਰੇਕ ਕਿਸੇ ਕਨੀ ਉਂਗਲ ਕਰ ਸਕਦਾ, ਪਰ ਅਸੀਂ ਤਾਂ ਇਹੀ ਗੱਲ ਚਾਹਾਂਗੇ ਵੀ ਜਿਹੜਾ ਵੀ ਇਨਸਾਨ ਔਰ ਇਸ ਧਰਤੀ ਦੇ ਉੱਪਰ ਆਇਆ, ਕਿਸੇ ਨੂੰ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ, ਕਿਸੇ ਨੂੰ ਕਿਸੇ ਦਾ ਦੋਸ਼ੀ ਠਹਿਰਾਉਣਾ ਚਾਹੀਦਾ ਹੈ, ਉਹਨੂੰ ਅਪਾਰ ਕੰਮ ਕਰਨੇ ਚਾਹੀਦੇ ਨੇ, ਰਹਿਮਤ ਦੇ ਕੰਮ ਕਰਨੇ ਚਾਹੀਦੇ ਨੇ, ਜਿਹੜੇ ਪਰਮਾਤਮਾ ਦੇ ਸੱਚੇ ਪਾਤਸ਼ਾਹ ਦੀ ਰਜ਼ਾ ਦੇ ਵਿੱਚ ਹੋਣ। ਦੇਖੋ ਜਦੋਂ ਕਿਸੇ ਦਾ ਬੱਚਾ ਨਸ਼ਾ ਕਰਦਾ ਹੈ ਜੀ, ਉਹ 'ਚ ਜ਼ਿੰਮੇਵਾਰ ਜਿਹੜਾ ਹੈਗਾ ਉਹ ਬੱਚਾ ਗਲਤ ਸੰਗਤ ਦੇ ਵਿੱਚ ਪੈ ਗਿਆ, ਜਿੰਨਾ ਚਿਰ ਉਹ ਬੱਚੇ ਨੂੰ ਆਪਾਂ ਮੈਡੀਸਨ ਨਹੀਂ ਕਰਾਉਂਦੇ, ਉਹਦੀਆਂ ਕਲਾਸਾਂ ਨਹੀਂ ਲਾਉਂਦੇ, ਉਹਦਾ ਜਿਹੜਾ ਬਲੱਡ ਚੇਂਜ ਨਹੀਂ ਹੁੰਦਾ, ਉਹਦੇ ਬ੍ਰੇਨ ਨੂੰ ਤਾਕਤ ਨਹੀਂ ਮਿਲਦੀ, ਉਹਨਾਂ 'ਚ ਉਹ ਸਿੱਧੇ ਰਾਹ ਨਹੀਂ ਪੈ ਸਕਦਾ ਜੀ। ਦੇਖੋ ਜੀ, ਆਪਾਂ ਸਰਕਾਰਾਂ, ਹੁਣ ਪਰਿਵਾਰ ਛੋਟਾ ਹੁੰਦਾ ਜੀ, ਛੋਟੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਜਿਹੜਾ ਹੈਗਾ ਜ਼ਿੰਦਗੀ 'ਚ ਕਰਨਾ ਔਖਾ ਹੋ ਜਾਂਦਾ ਹੈ, ਹਰੇਕ ਇਨਸਾਨ ਨੂੰ ਆਪਦੇ ਬੱਚਿਆਂ ਪ੍ਰਤੀ, ਆਪਦੇ ਪਰਿਵਾਰ ਪ੍ਰਤੀ, ਆਪਦੇ ਬੀਹੀ ਗਵਾਂਢ ਪ੍ਰਤੀ, ਆਪਦੇ ਨਗਰ ਪ੍ਰਤੀ ਆਪ ਸੁਚੇਤ ਰਹਿਣਾ ਚਾਹੀਦਾ ਜੀ। ਬਾਬਾ ਜੀ, ਨਸ਼ੇ ਦੀ ਤੁਸੀਂ ਗੱਲ ਕੀਤੀ, ਨਸ਼ਾ ਦਿੰਦੇ ਹੋ, ਫਰੀ ਦਿੰਦੇ ਹੋ, ਕਿੰਨਾ ਕੋਰਸ ਹੁੰਦਾ, ਕੀ ਉਹਦੀ ਡੋਜ਼ ਹੁੰਦੀ ਹੈ, ਕਿੱਦਾਂ? ਬਾਈ, ਜਿਹੜੀ ਅਸੀਂ ਦਵਾਈ ਦਿੰਦੇ ਹਾਂ ਨਸ਼ਾ ਛੱਡਣ ਦੀ, ਉਹ ਬਿਲਕੁਲ ਫਰੀ ਦਿੰਦੇ ਹਾਂ, ਜਿਹੜੀਆਂ ਅਸੀਂ ਭਸਮਾਂ ਲਿਖ ਕੇ ਦਿੰਦੇ ਹਾਂ ਉਹ ਬਲੱਡ ਚੇਂਜ ਕਰਦੀਆਂ ਨੇ, ਬ੍ਰੇਨ ਨੂੰ ਤਾਕਤ ਆਉਂਦੀ ਹੈ, ਉਹ ਅਗਲਾ ਲੈ ਕੇ ਆਉਂਦੇ, ਅਸੀਂ ਅੱਗ 'ਤੇ ਮਾਰ ਕੇ ਬਣਾ ਕੇ ਦਿੰਦੇ ਹਾਂ, ਕਿਸੇ ਕਿਸਮ ਦਾ ਜਿੰਨਾ ਵੀ ਨਸ਼ਾ, ਜਿੰਨਾ ਵੀ ਪੁਰਾਣਾ, ਜਿੰਨੀ ਮਰਜ਼ੀ ਡੋਜ਼ ਦਾ ਨਸ਼ਾ, ਉਹਨੂੰ ਬੱਚੇ ਨੂੰ ਪਤਾ ਵੀ ਨਹੀਂ ਲੱਗੂਗਾ ਜੀ, ਗੁਰੂ ਮਹਾਰਾਜ ਦੀ ਭਾਰ ਕਿਰਪਾ ਹੋ ਜਾਂਦੇ, 1 ਮਹੀਨੇ ਦਾ ਕੋਰਸ ਹੈ ਜੀ। ਹਾਂਜੀ, ਮਤਲਬ ਕਹਿਣ ਦਾ ਬਾਬਾ, ਤੁਹਾਡੇ ਕੋਲ ਆਉਂਦਾ ਬੱਚਾ ਦੱਸਦਾ ਕਿਹੜਾ ਨਸ਼ਾ ਕਰਦਾ, ਉਸ ਹਿਸਾਬ ਨਾਲ ਤੁਸੀਂ ਉਹ ਦਵਾਈ ਤਿਆਰ ਕਰਕੇ? ਬਿਲਕੁਲ, ਚਾਹੇ ਚਿੱਟੇ ਸਮੈਕ ਹੈ, ਕਰੈਕਸ ਹੈ, ਨੋਮੋਟੈਲ ਹੈ, ਟਰਮਾਟੋਲ ਹੈ, ਮੈਡੀਕਲ ਨਸ਼ਾ ਹੈ, ਰਵਾਇਤੀ ਨਸ਼ਾ ਹੈ, ਜਿਹੜਾ ਚਾਹੇ ਬ੍ਰੇਨ ਡਿਪਰੈਸ਼ਨ 'ਚ ਹੈ, ਬ੍ਰੇਨ ਦੀ ਦਵਾਈ ਚੱਲਦੀ ਹੈ, ਉਹਨੇ ਗੁਰੂ ਘਰ ਆਪਦੇ ਪਿੰਡ
ਦੇਖੋ ਗੁਰੂ ਘਰ ਹਮੇਸ਼ਾ ਇੱਕ ਨੇ ਜੀ, ਗੁਰੂ ਘਰ ਆਸ਼ੀਰਵਾਦ ਲੈ ਕੇ ਮੰਦਰ ਜਾਂਦਾ, ਗੁਰੂ ਘਰ ਜਾਂਦਾ, ਆਪਣੇ ਨਗਰ ਦੇ ਵਿੱਚ ਆਸ਼ੀਰਵਾਦ ਲੈ ਕੇ ਆਵੇ, ਗਊ ਮਾਤਾ ਨੂੰ ਪੇੜਾ ਪਾਇਆ ਆਵੇ, ਰੋਟੀ ਪਾਇਆ ਆਵੇ, ਕੋਈ ਵੀ ਚੀਜ਼ ਪਾ ਕੇ ਆਵੇ ਜਿਹਦਾ ਆਪਣੀ ਸਵੇਰੇ 4 ਵਜੇ ਅਰਦਾਸ ਬੇਨਤੀ ਹੋ ਸਕੇ, ਬਸ ਗੁਰੂ ਮਹਾਰਾਜ ਦੁਬਾਰੇ ਨਹੀਂ ਬੰਦਾ ਬੱਚਾ ਨਸਾ ਲੱਗੂਗਾ ਜੀ, ਕੋਈ ਟਾਈਮ ਵੀ ਕੀ ਆਵੇ ਬੰਦਾ ਇੰਨੇ ਸਵੇਰੇ 4 ਤੋਂ 2 ਵਜੇ ਤੱਕ ਅਸੀਂ ਦਵਾਈ ਦਿੰਦੇ ਹਾਂ ਜੀ, ਸਵੇਰੇ 4 ਵਜੇ ਮਤਲਬ ਪਹਿਲੇ ਜੇ ਨਿਆਣਾ ਪਹਿਲੀ ਵਾਰ ਤੁਹਾਡੇ ਕੋਲ ਆਵੇ, 4 ਵਜੇ ਅਰਦਾਸ ਕਰਾਵੇ, ਗਊਸ਼ਾਲਾ ਆਵੇ, ਜਿਹੜੇ ਸੇਵਾ ਕਰੇ ਨਿਆਣਾ ਜਦੋਂ ਮਰਜ਼ੀ ਆ ਸਕਦੇ ਨੇ ਜੀ ਬੱਚੇ, ਸਾਡਾ ਜਿਹੜਾ ਸਮਾਂ ਸਵੇਰੇ 4 ਵਜੇ ਪੇਸ਼ੈਂਟ ਆਉਣ ਲੱਗ ਜਾਂਦੇ ਨੇ, ਸੰਗਤ ਆਉਣ ਲੱਗ ਜਾਂਦੇ ਨੇ, ਅਸੀਂ ਸਵੇਰੇ 4 ਵਜੇ ਤੋਂ ਲੈ ਕੇ 2 ਵਜੇ ਤੱਕ ਦਵਾਈ ਦਿੰਦੇ ਹਾਂ, ਦਵਾਈ ਵਾਲਿਆਂ ਦਾ ਥੋੜ੍ਹਾ ਰਸ ਜ਼ਿਆਦਾ ਹੁੰਦਾ ਜੀ, ਕਈ ਬੰਦੇ ਬੱਚੇ ਨਿਰਾਸ਼ ਮੁੜਦੇ ਨੇ ਕਿਉਂਕਿ ਉਹ ਪਹਿਲਾਂ ਨੰਬਰ ਲਵਾ ਕੇ ਆਉਣ, ਹਾਂਜੀ ਮਤਲਬ ਕਹਿਣ ਤਾਂ ਭਾਵੇ ਜਿਹਨੇ ਵੀ ਆਉਣਾ ਪਹਿਲਾਂ ਤੁਹਾਡੇ ਨੰਬਰ ਦੇ ਉੱਤੇ ਕਾਲ ਕਰਕੇ ਨੰਬਰ ਲਵਾਇਆ ਜਾਵੇ ਫਿਰ ਆਇਆ ਜਾਵੇ, ਅਤੇ ਦਵਾਈ ਜਿਹੜੀ 1 ਮਹੀਨੇ ਲਈ ਦਿੰਦੇ ਹੋ, 1 ਮਹੀਨੇ ਇਹ ਦਵਾਈ ਤੁਸੀਂ ਖੁਦ ਦਿੰਦੇ ਹੋ ਜਾਂ ਬੰਦੇ ਨੂੰ ਲੈ ਕੇ ਆਉਣੀ ਪੈ ਜਾਂਦੀ ਆ ਆਪਕੋ? ਜਿਹੜੀ ਅਸੀਂ ਦਿੰਦੇ ਹਾਂ ਉਹ ਬਿਲਕੁਲ ਫਰੀ ਦਿੰਦੇ ਹਾਂ ਜੀ, ਜਿਹੜੀਆਂ ਅਸੀਂ ਭਸਮਾਂ ਤਾਕਤ ਵਾਸਤੇ ਦਿੰਦੇ ਹਾਂ, ਨਸਾਂ ਵਾਸਤੇ ਦਿੰਦੇ ਹਾਂ, ਉਹ ਬੰਦਾ ਆਪ ਜਾ ਕੇ ਲੈ ਕੇ ਆਉਂਦਾ, ਅਸੀਂ ਅੱਗ 'ਤੇ ਮਾਰ ਕੇ ਬਣਾ ਕੇ ਦਿੰਦੇ ਹਾਂ, ਇਹ ਗੱਲ ਇਕੱਲੇ ਨਸ਼ੇ ਦੀ ਨਹੀਂ ਹੈਗੀ ਮਹਾਂਪੁਰਸ਼ੋ, ਕਿਸੇ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੈਗਾ, ਕਿਸੇ ਦਾ ਵੀ ਕੋਈ ਕੰਮ ਕਾਰ ਖੜ੍ਹਦਾ, ਪਰਿਵਾਰ ਦੇ ਵਿੱਚ ਪੈਸੇ ਦੀ ਦੇਣ ਲੈਣ ਹੈ, ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਜਾਂ ਬਿਮਾਰੀ ਠਮਾਰੀ ਆ, ਕੋਈ ਵੀ ਇਨਸਾਨ ਸ਼ਰਧਾ ਨਾਲ ਜਿਹੜਾ ਬੰਦਾ ਗਊਆਂ ਦੀ ਸੇਵਾ ਕਰਦਾ ਉਹਦੇ ਟੁੱਟ ਬਖਸ਼ਿਸ਼ ਹੁੰਦੀ ਹੈ ਜੀ, ਸਾਡੇ ਦੇਖਣ ਦੀ ਗੱਲ ਆਈ ਹੈ, ਜਿਹੜੇ ਬੱਚੇ ਹੁਣ ਤੁਸੀਂ ਗੱਲ ਵੀ ਕਰੀ ਹੈ, ਜਿਹੜੇ ਬੱਚੇ 2-2 ਗ੍ਰਾਮ ਨਸ਼ਾ ਕਰਦੇ ਤੇ ਇਹਦਾ ਸੈਂਟਰਾਂ 'ਚ ਵੀ ਇਲਾਜ ਨਹੀਂ, ਇਹ ਸਾਰੀ ਆਪਾਂ ਜਿਹੜੀ ਅਪਾਰ ਕਿਰਪਾ ਗਊ ਮਾਤਾ ਦੀ ਹੈ, ਮਤਲਬ ਤੁਸੀਂ ਸਾਰਾ ਕੁਛ ਮੰਨਦੇ ਹੋ ਵੀ ਪਹਿਲਾਂ ਗਊ ਮਾਂ ਦੀ ਉਸ ਤੋਂ ਬਾਅਦ ਤੁਹਾਡਾ ਬਿਲਕੁਲ ਬਿਲਕੁਲ ਬਿਲਕੁਲ, ਇਹ ਨਾ ਦੇਖੋ ਵੀ ਅਸੀਂ ਫਲਾਨੀ ਗਊ ਸਾਲਾ 'ਚ ਜਾਣਾ, ਫਲਾਨੀ 'ਚ ਨਹੀਂ ਜਾਣਾ, ਜਿੱਥੇ ਵੀ ਤੁਹਾਨੂੰ ਅਪਾਰ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਦੀ, ਗਊ ਮਾਤਾ ਮਿਲਦੀ ਹੈ, ਉਹਦੀ ਸੇਵਾ ਕਰਕੇ ਆ ਜਾਓ ਜੀ, ਤੁਸੀਂ ਆ ਕੇ ਦਵਾਈ ਲੈ ਜਾਓ।